ਹਾਂ ਤੇ ਫਿਰ ਠਰਕਿਓ, ਕੀ ਤੁਸੀਂ ਵੀ ਐਂ ਦੀ ਗੇਮ ਖੇਡਣਾ ਚਾਹੁੰਦੇ ਹੋ? ਔਰ ਅਭੀ ਤੋ ਰੁਕੋ, ਕਲਾਈਮੈਕਸ ਅਭੀ ਬਾਕੀ ਹੈ। ਲੇਕਿਨ ਇਹ ਸਾਲਾ ਕਰ ਕਹਿ ਰਹੇ ਆਪੇ ਮੇਰਾ ਬਾਪ ਬਦਮਾਸ਼ ਥਾ, ਮੈਂ ਬਦਮਾਸ਼ ਹੀ ਹੂੰ। ਅਗਰ ਨਹੀਂ ਯਕੀਨ ਤੇ ਆਪ ਹੀ ਵੇਖ ਲਓ। ਆਪਕੋ ਤੋ ਪਤਾ ਹੈ ਮੁਝੇ ਕਿਆ ਪਸੰਦ ਹੈ, ਵੋ ਹਮ ਆਡੀਅੰਸ ਕੋ ਨਹੀਂ ਬਤਾ ਸਕਤੇ, ਤਾਂ ਮੈਂ ਕੀ ਖਾਣੇ ਕਾ ਬਤਾ ਦੇ। ਹਾਂਜੀ ਤੇ ਭਾਈ ਸਾਹਿਬ, ਜਿਹੜੀ ਖੁਰਕੀਲੀ ਖੁਸ ਰਹੀ ਹੈ ਜ਼ਰਾ ਸ਼ਰਮਾ, ਜਿਹੜਾ ਪਬਲਿਕ ਨੂੰ ਸਿੱਧਾ ਸਿੱਧਾ ਨਹੀਂ ਦੱਸ ਸਕਦੇ ਕਿ ਅਸੀਂ ਕੀ ਬਕਲੋਲੀਆਂ ਲਾਉਂਦੇ। ਤਾਂ ਫਿਰ ਬਾਬਾ ਜੀ ਮੈਨੂੰ ਇਹਨਾਂ ਦੋਵਾਂ ਪੈਰਾਂ ਦੀ ਇੱਕ ਗੱਲ ਨਹੀਂ ਸਮਝ। ਪਹਿਲਾਂ ਦੋਵਾਂ ਪੈਰਾਂ ਨੇ ਇੱਕ ਇੱਕ ਲੋਂਡਾ ਸੈੱਟ ਕੀਤਾ ਹੈ। ਅੱਛਾ, ਬਾਕੀ ਨਹੀਂ ਕੰਮ ਨਹੀਂ ਚੱਲਿਆ ਉਹਨਾਂ ਨਾਲ, ਜੋ ਵੀ ਮਸਲਾ ਹੋਇਆ ਬ੍ਰੇਕਅਪ ਤੇ ਦੋਵਾਂ ਦਾ ਕੱਟਿਆ ਗਿਆ। ਅਰੇ ਚਾਹੀਏ ਕਿਆ ਉਹ ਰੱਜੋ ਤੇ ਹੁਣ ਭੈਣ ਦੀ ਸ੍ਰੀ ਦੋਵਾਂ ਨਹੀਂ ਕੋਈ ਖੁਸਰਾ ਫੜਿਆ। ਇਹ ਭਾਈ ਸਾਹਿਬ ਦੁਬਈ ਜਾਣੇ ਖੁਸਰਾ ਨਾਲ, ਇਹ ਇਟਲੀ ਜਾਣੇ ਖੁਸਰਾ, ਮਤਲਬ ਕਿ ਭੈਣ ਦੀ ਸ੍ਰੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਸ ਟਾਈਮ ਖੁਸਰਾ ਖੁਸਰਾ। ਜਿੱਥੇ ਤੱਕ ਮੈਨੂੰ ਉਮੀਦ ਹੈ ਮਸਲਾ ਵੀ ਤਾਂ ਹੀ ਪਿਆ, ਜਿਹੜਾ ਇਹਨਾਂ ਦੋਵਾਂ ਭੈਣਾਂ ਦਾ ਬ੍ਰੇਕਅਪ ਹੋਇਆ। ਇਹਦੀ ਮੇਨ ਵਜ੍ਹਾ ਇਹ ਹੀ ਕਿ ਇਹਨਾਂ ਨੂੰ ਖੁਸਰੇ ਚਾਹੀਦੇ, ਉਹਨਾਂ ਦਾ ਹਥਿਆਰ ਖਲੋਣਾ ਤੇ ਦੂਰ ਦੀ ਗੱਲ। ਫਿਲਨ ਤੋਂ ਵੀ ਅਵਜ਼ਾਰ ਹੋਏ ਭੈਣ, ਫਿਰ ਯਾਰੋ ਇਹਨਾਂ ਦੀ ਤੀਸਰੀ ਭੈਣ ਵੀ ਤੇ ਹੈ ਨਾ, ਉਹਦਾ ਵੀ ਤੇ ਵਿਆਹ ਹੋਇਆ ਜੀ, ਉਹਨੇ ਵੀ ਲਵ ਮੈਰਿਜ। ਲੇਕਿਨ ਬਾਬਾ ਜੀ ਇਹਨਾਂ ਦੋਵਾਂ ਭੈਣਾਂ ਦਾ ਲਵ ਕਿਉਂ ਨਹੀਂ ਸਿਰੇ? ਕਿਉਂਕਿ ਬਾਬਾ ਜੀ ਖੁਸਰੇ ਲਾਈਕ ਕਰਦੇ, ਉਹਨਾਂ ਨੇ ਖੁਸਰਿਆਂ ਤੋਂ ਯਾਦ ਆਇਆ ਇਹਨਾਂ ਦੀ ਵੀ ਸੁਣ ਲਓ ਯਾਰ। ਗੱਡੀ ਰੋ ਸੋਹਣੇ ਸੋਹਣੇ ਮੁੰਡਿਆਂ ਨੂੰ ਕੀ ਚਾਹੀਦਾ ਹੈ? ਖੁਸਰੇ ਚਾਹੀਦੇ ਨੇ, ਲੱਭ ਜਾਣਗੇ ਲੱਭ ਜਾਣਗੇ। ਸਭ ਤੋਂ ਪਹਿਲਾਂ ਤੱਕ ਬੰਦਾ ਮੈਨੂੰ ਇਹ ਦੱਸੇ ਕਿ ਉਹ ਕਿਹੜੇ ਸੋਹਣੇ ਮੁੰਡੇ ਨੇ ਤੇ ਕਿਹੜੇ ਉਹ ਫੁੱਦੂ ਮੁੰਡੇ ਨੇ ਜਿਨ੍ਹਾਂ ਨੂੰ ਖੁਸਰੇ ਚਾਹੀਦੇ। ਬਾਕੀ ਭਾਈ ਪਤਾ ਵੀ ਕੋਈ ਨਹੀਂ, ਇੱਥੇ ਜਿਵੇਂ ਦੇ ਹਾਲਾਤ ਚੱਲ ਰਹੇ ਨੇ ਮੁੰਡੇ ਤੇ ਮੁੰਡੇ ਇੱਥੇ ਤੇ ਕੁੜੀਆਂ ਨੂੰ ਵੀ ਖੁਸਰੇ ਚਾਹੀਦੇ। ਯਾਰ ਤੁਸੀਂ ਇਹਨਾਂ ਦੀ ਬਗੈਰਤੀ ਦਾ ਲੈਵਲ ਚੈੱਕ ਕਰੋ ਕਿ ਕੁੜੀਆਂ ਨੂੰ ਵੀ ਖੁਸਰੇ ਚਾਹੀਦੇ ਨੇ ਤੇ ਮੁੰਡਿਆਂ ਨੂੰ ਵੀ ਖੁਸਰੇ ਚਾਹੀਦੇ। ਅੱਜ ਨਾ ਅਸੀਂ ਬੱਚੀਆਂ ਦੇ ਉੱਤੇ ਗੱਲ ਕਰਾਂ, ਵੇਖੋ ਦੁਨੀਆਂ ਦੇ ਉੱਤੇ 100% ਬੱਚੀਆਂ ਨੇ, 100 ਦੇ ਵਿੱਚੋਂ 20% ਨੂੰ ਸਾਈਡ ਤੇ ਲਾ ਲਓ, ਉਸ ਤੋਂ ਬਾਅਦ ਫਿਰ ਭਾਈ 30% ਬੱਚੀਆਂ ਨੂੰ ਤੇ ਸਿਰਫ ਖੁਸਰੇ ਚਾਹੀਦੇ। ਫਿਰ ਉਹ ਜਿਹੜੇ ਭੈਣ ਦੀ ਸ੍ਰੀ ਫੁੱਲ ਚਮਕੀਲੇ ਚਮਕਦਾਰ ਨਿਓਲਿਆਂ ਵਰਗੇ ਉਹਨਾਂ ਦੇ ਮੂੰਹ, ਜਿਵੇਂ BTS ਦੇ ਟੱਟੇ ਲਾ, ਉਹਨਾਂ ਸਾਲਿਆਂ ਦੇ ਉੱਤੇ ਤੇ ਇਹਨਾਂ ਨੂੰ ਵੱਖਰੇ ਕ੍ਰਸ਼ ਚੜੇ। ਥੱਲੇ ਕਮੈਂਟਾਂ 'ਚ ਆ ਕੇ ਉਨ ਕਈ ਆਪਣੀਆਂ ਬਾਜੀ ਪੇਸ਼ ਕਰ, ਤੂੰ ਮੁੰਸੇ ਸੱਟਦੇ ਤੂੰ ਖੁਦ ਉਨ ਕੇ ਲੈਵਲ ਕੇ ਨਹੀਂ, ਭੈਣ ਦੀ ਸ੍ਰੀ ਉਹਨਾਂ ਛੱਕਿਆਂ ਦੇ ਲੈਵਲ ਤੇ ਜਾਣਾ ਕੌਣ ਜਾਂਦਾ ਵੀ ਭੈਣ ਚੋਂ ਐਡਾ ਗੰਦਾ ਲੈਵਲ ਸਾਨੂੰ ਚਾਹੀਦਾ? ਅੱਛਾ ਕੁੜੀਆਂ ਤੇ ਕੁੜੀਆਂ ਜਿਹੜੇ ਟੱਲ ਮੁੰਡੇ ਉਹਨਾਂ ਦੇ ਸਾਡੀ ਵੀ ਮਾਰੀ ਐ ਸਿਰ ਲੱਛਿਆਂ ਵਾਲੇ ਨੇ, ਸਾਰੇ ਕੁੜੀਆਂ ਦੀ ਸਮਝ ਆਉਂਦੀ ਤੁਸੀਂ ਕਿਹੜੀ ਠਰਕ ਪੋਰ? ਭੈਣ ਹੀ ਅੱਕੋ ਭੈਣ ਹੀ ਅੱਕੀ ਤੋਂ ਬਾਅਦ ਇਹਨਾਂ ਨੂੰ ਛੱਡੋ, ਤੁਸੀਂ ਬੱਚੀਆਂ ਤੇ ਆਓ ਘਰੋਂ ਭਾਈ ਸਾਹਿਬ, ਇਹਨਾਂ ਬੱਚੀਆਂ ਨੂੰ ਖਾਣ ਵਾਸਤੇ ਦੂਜੀ ਵਾਰੀ ਸਾਲਨ ਕੋ ਨਹੀਂ ਲੱਭਦਾ ਜੀ। ਤੇ ਜੇ ਪੁੱਛ ਲਓ ਇਹਨਾਂ ਦਾ ਕ੍ਰਸ਼ ਕਿਹੜਾ ਤੇ ਕਹਿਣਗੀਆਂ BTS ਦੇ ਚੂਪੇ। ਅੱਛਾ ਵੀ ਇਹ ਹੋ ਗਈਆਂ ਖੁਸਰੇ ਵਾਲੀਆਂ, ਇਹਨਾਂ ਤੋਂ ਬਾਅਦ ਫਿਰ ਜਿਹੜੀਆਂ ਬਾਕੀ 50% ਉਹਨਾਂ ਦੇ ਵਿੱਚੋਂ 30% ਨੂੰ ਤੇ ਸਾਡੇ, ਕਿਉਂਕਿ ਉਹ ਹਾਈ ਲੈਵਲ ਤੇ ਉੱਚੇ ਦਰਜੇ ਦੀਆਂ ਹੈਵੀ ਚੁੱਡ ਨੇ, ਉਹ ਮੈਂ ਤੁਹਾਨੂੰ ਬਾਅਦ ਦੱਸਦਾ। ਉਹਨਾਂ ਤੋਂ ਪਹਿਲਾਂ ਤੁਸੀਂ ਆ ਬਾਕੀ 20% ਬੱਚੀਆਂ ਤੇ ਆ, ਇਹਨਾਂ ਯਕਾਂ ਨੂੰ ਪਤਾ ਕੀ ਚਾਹੀਦਾ? ਇਹ ਚਾਹੀਦਾ ਹਾਂਜੀ ਤੇ ਪੈਸਾ ਬਈ ਤੇ ਮੈਡਮ ਸਾਹਿਬ ਦਾ ਕਹਿਣਾ ਕਿ ਮੇਰੇ ਕੋਲ ਇੱਥੇ ਜੋ ਕੁਛ ਵੀ ਅਲਰਟ ਬਲਰਟ ਬਾਬਾ ਸਭ ਕੁਛ ਜਿਹੜਾ ਨਾ ਉਸ ਚਾਚੇ ਦੇ ਹਵਾਲੇ ਕਰ ਦਿੱਤਾ। ਹੁਣ ਚਾਚਾ ਭਾਵੇਂ ਮੇਰੇ ਨੱਟ ਖੜਕਾਵੇ ਤੇ ਭਾਵੇਂ ਮੇਰੇ ਕਬਜ਼ੇ ਪੋ, ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੇਰੀ ਜ਼ਿੰਦਗੀ ਇਹਦੇ ਨਾਲ। ਨਹੀਂ ਵੀ ਇੱਥੇ ਤੂੰ ਸਾਨੂੰ ਇੱਕ ਗੱਲ ਦੱਸ ਕੇ ਤੇਰੀ ਕਿੰਨੀ ਕੁ ਜ਼ਿੰਦਗੀ ਉਹਦੇ ਨਾਲ, ਮਾਰੇ ਜਿਵੇਂ ਦੇ ਉਸ ਗਰੀਬ ਦੇ ਹਾਲਾਤ ਨੇ ਹੋਰ ਕੋ 10 ਸਾਲ ਕੱਢ, ਉਸ ਤੋਂ ਬਾਅਦ ਤੇ ਇਹਨੇ ਵੀ ਕਬਰ ਦੇ ਡਿਜ਼ਾਈਨ ਵੇਖਣੇ ਸ਼ੁਰੂ ਕਰ ਦਿੱਤੇ। ਚਲੋ ਜੀ ਮੰਨ ਲਓ ਜੀ ਇਹਨੇ ਔਖਾ ਸੁਖਾ ਹੋ ਕੇ 10-11 ਸਾਲ ਕੱਢ ਜਾਣਾ, ਤੇ ਫਿਰ ਉਸ ਤੋਂ ਬਾਅਦ ਖਤਮ, ਉਸ ਤੋਂ ਬਾਅਦ 12ਵੇਂ ਸਾਲ ਦੇ ਵਿੱਚ ਤੇ ਤੂੰ ਇਹਨੂੰ ਦੇ ਦੇ ਕਿ ਉਂਝ ਮਾਰ, ਇਸ ਗਰੀਬ ਦਾ ਫਿਰ ਉਸ ਟਾਈਮ ਖਲੋਣਾ ਕੋ ਨਹੀਂ ਤੇ ਤੂੰ ਇਹਨੂੰ ਕਹਿਣਾ ਕਿ ਖਿਲਾ, ਚੰਗਾ ਭਲਾ ਟਿੱਲ ਮਾਰ, ਫਿਰ ਇਸ ਗੰਜੇ ਚਾਚੇ ਦੇ ਜਜ਼ਬਾਤਾਂ ਦੇ ਨਾਲ ਨਾਲ ਚਾਚੇ ਦੇ ਵੀ ਲੋੜ, ਚਾਚੇ ਹਰਾਂ ਨੇ ਇਸ ਦੁਨੀਆ ਫਾਨੀ ਤੋਂ ਰਗੜਾ ਫਰਮਾਇਆ। ਉਸ ਤੋਂ ਬਾਅਦ ਬਾਬਾ ਜੀ ਇੱਕ ਲੇਟੈਸਟ ਨਿਊਜ਼ ਹੋਰ ਕਿ ਅਗਰ ਤੁਹਾਡਾ ਨੁੰਨੂ ਸ਼ਰੀਫ ਵਡੇਰੀ ਉਮਰ ਦੇ ਵਿੱਚ ਜਾ ਕੇ ਰਗੜਾ ਫੇਰਨਾ ਬੰਦ ਕਰ, ਤੁਸੀਂ ਉਹਦੀ ਵੀ ਮੋਟਰ ਚੇਂਜ ਕਰਾ, ਮਤਲਬ ਕਿ ਉਹਦੀ ਵੀ ਸਰਜਰੀ ਕਰਾ ਸਕਦੇ ਹੋ? ਹਾਂ, ਰੁਪਈਏ ਵਾਵਾ ਲੱਗ ਜਾਣੇ ਨੇ ਲੇਕਿਨ ਬੱਬਲੂ ਫੁੱਲ ਫਿੱਟ ਹੋ ਜਾਣਾ। ਅੱਛਾ ਡਾਕਟਰ ਸਾਹਿਬ, ਇਹ ਬਤਾਇਆ ਕਿ ਪਾਕਿਸਤਾਨ ਮੇਂ ਐਜ਼ਾਏ ਮਖਸੂਸਾ ਕੀ ਸਰਜਰੀ ਵੀ ਮੁਮਕਿਨ ਹੈ? ਜੀ ਬਿਲਕੁਲ, ਇਸੀ ਤਰ੍ਹਾਂ ਹੀ ਹੈ ਜੈਸੇ ਹਮਾਰੇ ਹਾਂ ਆਰਥੋਪੈਡਿਕਸ, ਕੋਈ ਅਗਰ ਫ੍ਰੈਕਚਰਸ ਹੋ ਜਾਤੇ ਹੈ, ਕਿਸੀ ਕੀ ਬੋਨ ਮੇਂ ਕੋਈ ਹੱਡੀ ਟੁੱਟ ਜਾਤੀ ਹੈ, ਤੋ ਉਸਕੋ ਹਮ ਰਾਡ ਕੇ ਜ਼ਰੀਏ ਫਿਕਸ ਕਰ ਦੇਤੇ ਹੈਂ ਔਰ ਵੋ ਚਲਨੇ ਕੇ ਕਾਬਿਲ ਹੋ ਜਾਤੇ ਹੈ। ਇਸੀ ਤਰ੍ਹਾਂ ਦਿਲ ਕੇ ਜੋ ਅਮਰਾਜ਼ ਹੋਤੇ ਹੈ, ਜਿਸ ਮੇਂ ਸਟੰਟ ਡਾਲ ਕੇ ਉਨਕਾ ਜੋ ਦਿਲ ਕਾ ਫੰਕਸ਼ਨ ਹੋਤਾ ਹੈ ਵੋ ਫਾਲ ਕੀਆ ਜਾਤਾ ਹੈ, ਐਸੇ ਹੀ ਐਸੇ ਪੇਸ਼ੈਂਟ ਜਿਨਕੋ ਅਜ਼ਾਜ਼ ਮਖਸੂਸਾ ਮੇਂ ਪ੍ਰੋਬਲਮ ਹੋਤੀ ਹੈ, ਮੁਬਾਸ਼ਰਤ ਕੇ ਕਾਬਿਲ ਨਹੀਂ ਹੋਤੇ, ਤੋ ਹਮ ਉਨਮੇਂ ਇੱਕ ਮਸਨੂਈ ਰਾਡ ਡਾਲ ਦੇਤੇ ਹੈ, ਜਿਸਕੋ ਪਿਨਾਈਲ ਇੰਪਲਾਂਟ ਕਹਤੇ ਹੈ, ਔਰ ਇਸ ਪਿਨਾਈਲ ਇੰਪਲਾਂਟ ਡਲਨੇ ਕੇ ਬਾਅਦ ਵੋ ਆਪਣੇ ਜੋ ਅਜਵਾਜ਼ੀ ਜ਼ਿੰਦਗੀ ਹੈ ਵੋ ਖੁਸ਼ਗਵਾਰ ਤਰੀਕੇ ਸੇ ਗੁਜ਼ਾਰ ਸਕਦੇ। ਹਾਂਜੀ ਭਾਈ ਸਾਹਿਬ, ਹੁਣ ਜਦੋਂ ਵੀ ਤੁਹਾਡਾ ਬੱਬਲੂ ਖਲੋਣਾ ਬੰਦ, ਤੁਸੀਂ ਉਹਦੇ ਤੇ ਥੋੜਾ ਖਰਚਾ ਕਰਕੇ ਉਹਦੇ ਵਿੱਚ ਰਾਡ ਤੇ ਨਵਾ ਸਕਦੇ, ਉਸ ਰਾਡ ਦੇ ਜ਼ਰੀਏ ਆਪਣਾ ਕੰਮ ਚਲਾ। ਵੈਸੇ ਭੈਣ
ਗੁਲਮਲ ਚੋਦੀਆਂ ਫਟੇ ਇਹਨਾਂ ਤੋਂ ਬਾਅਦ ਪਿੱਛੇ ਰਹਿ ਗਈਆਂ 30% ਉਹਨਾਂ ਚੁੱਡਾਂ ਨੂੰ ਭਾਈ ਸਾਹਿਬ ਨਾ ਤੇ ਲੋਂਡੇ ਚਾਹੀਦੇ, ਉਹਨਾਂ ਨੂੰ ਖੁਸਰੇ ਚਾਹੀਦੇ, ਨਾ ਉਹਨਾਂ ਭੈਣ ਪਿੱਟੀਆਂ ਨੂੰ ਬਾਬੇ ਚਾਹੀਦੇ, ਉਹਨਾਂ ਭਾਈ ਸਾਹਿਬ ਖੋਤੀ ਦੀਆਂ ਬੱਚੀਆਂ ਨੂੰ ਚਾਹੀਦੇ ਨੇ ਜਾਨਵਰ, ਕੋਈ ਭਾਈ ਸਾਹਿਬ ਅੱਜਕੱਲ ਕੁੱਤੇ ਨਾ ਕੋਈ ਬਿੱਲੀਆਂ ਦੇ ਨਾਲ, ਕੋਈ ਸਾਲੀ ਆਪਣੇ ਬੁਬਰੇ ਮੋਨਾਂ ਦੇ ਵਿੱਚ ਤੋਤੇ ਚੁੰਨੀ ਹੁੰਦੀ, ਬਲਕਿ ਕੋਈ ਨਹੀਂ ਤੋਤੇ ਵਾਲੀਆਂ ਤੇ ਮੈਂ ਬੜੀਆਂ ਹੀ ਵੇਖੀਆਂ, ਕਈਆਂ ਨੇ ਤੇ ਭਾਈ ਸਾਹਿਬ ਘੋੜੇ ਤੱਕ ਨਹੀਂ ਛੱਡੇ, ਆਪ ਹੀ ਚੈੱਕ ਕਰ ਲਓ। ਲੋ ਜੀ ਭਾਈ ਇਹਨੇ ਘੋੜੇ ਦੇ ਨਾਲ ਵੱਖਰੀਆਂ ਖੇਡੀਆਂ ਸ਼ੁਰੂ ਕੀਤੀ, ਬਾਕੀ ਮੇਰੇ ਹਿਸਾਬ ਨਾਲ ਇਹਨੂੰ ਅੰਦਾਜ਼ਾ ਕੋਈ ਨਹੀਂ ਕਿ ਜੇ ਇਸ ਘੋੜੇ ਦੇ ਹੱਥੀ ਚੜ ਗਈ ਇਹਦੇ ਖੱਪਲ ਖੁੱਲ ਜਾਣੇ, ਡਾਕਟਰ ਨੇ ਵੀ ਤਰੋਪੇ ਲਾਉਣ ਤੋਂ ਜਵਾਬ ਦੇ, ਫਿਰ ਡਾਕਟਰ ਨੇ ਕਹਿਣਾ ਇਹਨੂੰ ਲੋਰ ਲੈ ਜਾ, ਚੁੰਮੀਆਂ ਉਹਦੀਆਂ ਇੰਜ ਲੈ ਰਹੀ ਜਿਵੇਂ ਦੀ ਅੰਮੀ ਦਾ ਸੁਤੇਲਾ, ਉਹ ਸਾਲੀਏ ਕੋਈ ਲੋਂਡਾ ਲੁੰਡਾ ਸੈੱਟ ਕਰ ਜਾ, ਉਹਦੇ ਨਾਲ ਕੋਈ ਚੁੰਮੀ ਚਪਾਟਾ ਕਰ, ਤੂੰ ਘੋੜੇ ਨੂੰ ਜੁੜੀ, ਉਹ ਤੇ ਘੋੜੇ ਨੂੰ ਜੁੜੀ, ਇੱਕ ਮੈਂ ਤੁਹਾਨੂੰ ਇੱਥੇ ਵਹਾਨਾ, ਉਹ ਬਾਂਦਰ ਨਾਲ ਲੱਗੀ ਪੈਂਦੀ ਸੀ, ਬਾਂਦਰ ਨੂੰ ਵੀ ਕੋਈ ਨਹੀਂ ਛੱਡਿਆ। ਤੇ ਬਾਂਦਰ ਵੀ ਫਿਰ ਭਾਈ ਪੂਰਾ ਚੁੱਡਾਂ ਦਾ, ਇਸ ਬਗੈਰਤ ਦੀਆਂ ਤੁਸੀਂ ਆਰਾਮ ਯਕੀਆਂ ਚੈੱਕ। ਲੋ ਭਾਈ ਸਾਹਿਬ ਲੋਂਡਿਆਂ ਨੇ ਬੱਚੀਆਂ ਦੇ ਕੀ ਦੱਬਣੇ, ਇੱਥੇ ਤੇ ਬਾਂਦਰ ਹੀ ਵਾਧੂ ਨੇ, ਸਾਡੀ ਤੇ ਲੋੜ ਹੀ ਕੋਈ ਨਹੀਂ, ਨਾਲੇ ਅਸੀਂ ਤੇ ਭਾਈ ਸਾਹਿਬ ਬਸ ਦੁਨੀਆਂ ਦੇ ਉੱਤੇ ਗੇੜਾ ਲਾਣ ਆਏ। ਮੈਨੇ ਕਿਹਾ ਅੱਛਾ ਮੁਝੇ ਨੀਂਦ ਆ ਰਹੀ ਹੈ, ਉਨ੍ਹਾਂ ਨੇ ਕਿਹਾ ਆਪ ਬੇਸ਼ੱਕ ਸੋ ਜਾਏ ਲੇਕਿਨ ਫੋਨ ਮਤ ਬੰਦ ਕੀਜੀਏਗਾ, ਤੋ ਮੈਨੇ ਕਿਹਾ ਜਬ ਮੈਂ ਕੁਛ ਬੋਲੂੰਗੀ ਹੀ ਨਹੀਂ ਤੋ ਆਪ ਕਿਆ ਸੁਣੇਂਗੇ, ਉਨ੍ਹਾਂ ਕਿਹਾ ਆਪਕੀ ਖਾਮੋਸ਼ੀ। ਵੈਲਡਨ ਭਾਈ ਵੈਲਡਨ, ਕਿਆ ਗੁਰਦਾ ਪਾੜ ਲੈ, ਓ ਖੱਚਲ ਬਗੈਰ, ਕਿਸੇ ਅਥਰੇ ਟੋਪੇ ਦੀ ਬਦਾਇ, ਜੱਦੀ ਪੁਸ਼ਤੀ ਦੀ ਬੱਚੀ ਨਹੀਂ ਹੈ, ਕੀ ਬਗੈਰਤੀ ਕੀ ਸੀ, ਗੁੱਡ ਕੁਐਸਚਨ, ਨਹੀਂ ਬੰਦਾ ਪੁੱਛੇ ਸਾਲੀਏ ਕੀ ਬਕਚੋਦੀ ਕੀ ਲਾ ਰਹੀ ਹੈ ਸੋਸ਼ਲ ਮੀਡੀਆ ਤੇ, ਖੋਤੀ ਦੀ ਬੱਚੀ ਵਿੱਚ ਕੋਈ ਲੋਜਿਕ ਤੇ ਪਾ, ਸੁੱਕੀਆਂ ਚਿੱਬੀਆਂ ਦੰਦੀਆਂ ਕੱਢੀ ਹੋਈ, ਜੀ ਨੇ ਆਪਣੇ ਆਸ਼ਕ ਨੂੰ ਪੁੱਛਿਆ ਕਿ ਜੇ ਮੈਂ ਸੌਂ ਜਾਵਾਂਗੀ ਤੇ ਫਿਰ ਤੂੰ ਕੀ ਸੁਣੇਗਾ, ਕਿਉਂ ਕੋ ਬਾਗੜ ਬਿੱਲੇ ਦਾ ਟੱਟਾ ਉਹਨੂੰ ਕਹਿੰਦਾ ਜੀ ਤੇਰੀ ਖਮੋਸ਼ੀ, ਉਹ ਸਾਲਿਆ ਖਮੋਸ਼ੀ ਦਾ ਤੂੰ ਕੀ ਸੁਣਨਾ, ਕੋਠੇ ਟੱਪਣ ਵਾਲੀ ਦੀ ਬੱਚਾ ਖਮੋਸ਼ੀ ਵੀ ਕਦੀ ਸੁਣੀ ਚੀ, ਉਹ ਕਿੱਥੋਂ ਹੈ ਸਾਨੂੰ ਅਖਲਨ ਟਟੋਰੇ ਲੱਭ, ਇਸ ਤੋਂ ਬਾਅਦ ਫਿਰ ਜਿਹੜੀ ਜਿਹੜੀ ਬੱਚੀ ਵੀਡੀਓ ਵੇਖ ਰਹੀ ਹੋ ਮੈਨੂੰ ਇਹ ਦੱਸ, ਇਹ ਜਿਹੜੀ ਕੁੜੀ ਇਹਦਾ ਮੇਨ ਮਕਸਦ ਕੀ। ਅੱਛਾ ਵੀ ਇਸ ਬੱਚੀ ਨੇ ਪਰਫਿਊਮ ਮਾਰ ਲਿਆ ਸੱਜੀ ਬਾਂਹ ਥੱਲੇ ਵੀ ਖੱਬੀ ਬਾਂਹ ਥੱਲੇ ਵੀ, ਅੱਛਾ ਇਹ ਤਾਂ ਸਮਝ ਆਉਂਦਾ ਖੁਸ਼ਬੂ ਵਾਸਤੇ, ਪਰ ਇਹ ਆਪਣੇ ਸੁਰਜਨ ਤਾਰਿਆਂ ਦੇ ਵਿੱਚ ਪਰਫਿਊਮ ਮਾਰਨ ਦਾ ਕੀ ਮਕਸਦ ਹੈ, ਨਹੀਂ ਮਤਲਬ ਹੁਣ ਵੀ ਇਹ ਕੀ ਭੈਣ ਯਕੀ, ਚਲੋ ਜੀ ਮੰਨ ਲਓ ਜੀ ਖੁਸ਼ਬੂ ਵਾਸਤੇ, ਖੁਸ਼ਬੂ ਵਾਸਤੇ ਤੇ ਫਿਰ ਉੱਤੋਂ ਵੀ ਲੱਗ ਸਕਦਾ ਸੀ ਜਿਵੇਂ ਥੱਲੇ ਨੂੰ, ਫਿਰ ਕਮੀਜ਼ ਫੜ ਕੇ ਤੇ ਖੋਲ ਕੇ ਤੇ ਵਿੱਚ ਅੰਦਰ ਤੱਕ ਵਾੜਨ ਦਾ ਕੀ ਮਕਸਦ, ਨਹੀਂ ਵੀ ਕੋਈ ਬੰਦਾ ਮੈਨੂੰ ਦੱਸੇ, ਨਹੀਂ ਬੰਦਾ ਤੇ ਨਹੀਂ ਕੋਈ ਦੱਸ ਸਕਦਾ, ਕੋਈ ਬੱਚੀ ਮੈਨੂੰ ਦੱਸੇ ਕਿ ਭਈ ਇਹ ਕੀ ਭੈਣ ਯਕੀ, ਵੀਡੀਓ ਥੱਲੇ ਕਮੈਂਟ ਕਰਕੇ ਕਿ ਸਾਲੀ ਦੀ ਦਿਲੀ ਖੁਆਇਸ਼, ਫਿਰ ਬੱਚੀ ਉਹ ਤੁਸੀਂ ਥੱਲੇ ਰਗੜਾ ਪੁਰ ਦੀ ਰਿਆਸਤ ਦੀ ਖੱਚ, ਥੱਲੇ ਡੈਫੀਨੇਸ਼ਨ ਲਈ ਉਨੀ ਦੇਰ ਮੈਂ ਲੋਂਡਿਆਂ ਨੂੰ ਇੱਕ ਭੈਣ ਯਕੀ ਦੇ ਬਾਰੇ ਦੱਸਦਾ, ਅੱਛਾ ਜੀ ਉਹਨਾਂ ਅੱਜ ਮੈਂ ਤੁਹਾਨੂੰ ਦੱਸਾਂਗਾ ਮੇਲ ਬੈਟ ਦੀ ਐਪਲੀਕੇਸ਼ਨ ਦੇ ਬਾਰੇ, ਜਿਹਦੇ ਵਿੱਚ ਅੱਜਕੱਲ ਫੁੱਲ ਬਕਚੋਦੀ ਚੱਲ ਰਹੀ, ਪੀਐਸਜੀ ਤੇ ਸੀਰੀਆਸ ਐਪ ਦੇ ਸਪਾਂਸਰ, ਜਿਹਦੇ ਵਿੱਚ ਯਾਰੋ ਤੁਸੀਂ ਮੈਚਾਂ ਦੀ ਹਰ ਇੱਕ ਭੈਣ ਯਕੀ ਨੂੰ ਲਾਈਵ ਵੇਖ ਸਕਦੇ, ਇਸ ਤੋਂ ਬਾਅਦ ਤੁਸੀਂ ਮੈਚਾਂ ਦੇ ਰਿਜ਼ਲਟ ਵੀ ਵੇਖ ਸਕਦੇ, ਇਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪ੍ਰੀਡਿਕਸ਼ਨ ਵੀ ਕਰ ਸਕਦੇ ਹੋ ਕਿ ਕਿਹੜੀ ਟੀਮ ਵਿਨ ਕਰੇ, ਜੇਕਰ ਤੁਹਾਡੀ ਸਿਲੈਕਟ ਕੀਤੀ ਹੋਈ ਟੀਮ ਵਿਨ ਕਰਦੀ, ਫਿਰ ਤੁਹਾਨੂੰ ਇਹਨਾਂ ਦੇ ਕੋਲੋਂ ਬਹੁਤ ਸਾਰੇ ਪ੍ਰਾਈਜ਼ ਲੱਭਣਗੇ, ਜਿਹਦੇ ਵਿੱਚ BMW ਕਾਰ, iPhone 15 Pro ਤੇ ਲੈਪਟਾਪ, ਤੇ ਉਸ ਤੋਂ ਬਾਅਦ ਪੈਸੇ ਪੂਸੇ ਵੀ ਜਿੱਤ ਸਕਦੇ, ਫਿਰ ਅਗਰ ਤੁਸੀਂ ਹੁਣੇ ਜਾ ਕੇ ਇਹਦੇ ਵਿੱਚ ਰਜਿਸਟਰ ਕਰਦੇ ਹੋ ਤੇ ਮੇਰਾ ਪ੍ਰੋਮੋ ਕੋਡ ਕਾਸ਼ ਹੀ ਯੂਜ਼ ਕਰਦੇ, ਫਿਰ ਤੁਹਾਨੂੰ ਇਹਨਾਂ ਨਾਲੋਂ 70,000 ਤੱਕ ਦਾ ਬੋਨਸ ਲੱਭ ਸਕਦੇ, ਤੇ ਆਪਣੀ ਵਿਨ ਕੀਤੀ ਹੋਈ ਰਕਮ ਨੂੰ ਤੁਸੀਂ ਈਜ਼ੀਲੀ ਆਪਣੇ ਜੈਜ਼ ਕਾਸ਼ ਜੀ ਪਾਸਾ ਤੇ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ, ਫਿਰ ਬਾਬਾ ਜੀ ਥੱਲੇ ਕਮੈਂਟ ਦੇ ਵਿੱਚ ਲਿੰਕ ਪਿੰਨੇ, ਉੱਥੋਂ ਜਾ ਕੇ ਇਹਦੇ ਵਿੱਚ ਅੰਨੀ ਪਾ ਦਿਓ। ਅੱਛਾ ਵੀ ਤੇ ਇਹਨਾਂ ਸਾਰੀਆਂ ਬੱਚੀਆਂ ਤੋਂ ਬਾਅਦ ਫਿਰ ਆ ਜਾਂਦੀਆਂ ਨੇ ਉਹ ਵਾਲੀਆਂ ਬੱਚੀਆਂ, ਜਿਹੜੀਆਂ ਲੋਂਡਿਆਂ ਦਾ ਚੂਤੀਆ ਕਰਦੇ, ਤੇ ਲੋਂਡਿਆਂ ਦਾ ਫੁੱਦੂ ਬਣਾ ਕੇ ਸੇਮ ਬਿਲਕੁਲ ਆਈਂਦੀਆਂ ਲੋਂਡੀਆਂ। ਕੌਣ ਕਹਤਾ ਹੈ ਐਕਸ ਕੋ ਬੁਲਾਇਆ ਨਹੀਂ ਜਾ ਸਕਤਾ, ਬਸ ਨੈਕਸਟ ਮਸਤ ਹੋਣਾ ਚਾਹੀਏ। ਹਾਂਜੀ ਭਾਈ ਨੈਕਸਟ ਜਿਹੜਾ ਮਸਤ ਹੋਣਾ ਚਾਹੀਦਾ ਐਕਸ ਦੀ ਭੈਣ ਦੀ, ਉਹਨੂੰ ਛੱਡੋ ਤੇ ਪੂਰੇ ਖਾਨਦਾਨ ਨੂੰ ਭੁੱਲ, ਨਾਲੇ ਇਹੋ ਜਿਹੀਆਂ ਚੁੱਡਾਂ ਯੱਕਾਂ ਨੂੰ ਭੁੱਲਣ ਦੀ ਲੋੜ ਕੋਈ ਨਹੀਂ, ਕਿਉਂਕਿ ਇਹਨਾਂ ਭੈਣ ਪਿੱਟੀਆਂ ਨੇ ਉਹਦੀ ਮੌਜੂਦਗੀ ਦੇ ਵਿੱਚ ਇੱਕ ਹੋਰ ਸੈੱਟ ਕੀਤਾ, ਬਲਕਿ ਕਈਆਂ ਸਾਲੀਆਂ ਨੇ ਚਾਰ ਚਾਰ ਇਕੱਠੀ ਸੈੱਟ ਕੀਤੇ ਹੁੰਦੇ, ਬਸ ਇਹੋ ਜਿਹੀਆਂ ਬੱਚੀਆਂ ਨੂੰ ਚੁੱਡਾਂ ਦਾ ਅਵਾਰਡ ਲੱਭਣਾ, ਕਿਉਂਕਿ ਜਿਵੇਂ ਦੇ ਇੱਥੇ ਹਾਲਾਤ ਚੱਲ ਰਹੇ ਨੇ ਇੱਥੇ ਤੇ ਇੱਕ ਨਹੀਂ ਸਾਂਭੀ ਜਾਂਦੀ, ਇਹ ਸਾਲੀਆਂ ਚਾਰ ਚਾਰ ਪੰਜ ਪੰਜ ਸੈੱਟ ਕੀਤੀ ਫਿਰ, ਬਾਕੀ ਇਹੋ ਜਿਹੀਆਂ ਗਵਾਂਡੀਆਂ ਦਾ ਵੀ ਅੱਗੇ ਜਾ ਕੇ ਸਹੀ ਰਗੜਾ ਫਿਰ, ਉੱਥੇ ਇਹਨਾਂ ਨੂੰ ਤਰਬੇਲਾ ਡੈਮ ਦੇ ਥੰਬਿਆਂ ਦੇ ਉੱਤੇ ਲੰਮਿਆਂ ਪਾਇਆ ਜਾਂਦਾ, ਉਹ ਵੀ ਤੱਤੀਆਂ ਸਲੇਟਾਂ ਕਰ, ਇਹਨਾਂ ਸਾਰੀਆਂ ਯਕੀਆਂ ਤੋਂ ਬਾਅਦ ਆ ਜਾਂਦੀਆਂ ਨੇ ਪਿਓਰ ਕਿਸਮ ਦੀਆਂ ਦਲੀਆਂ, ਇਹਨਾਂ ਦੀ ਗੈਰਤ ਮੁੱਢੋਂ ਮਰ ਗਈ, ਉਹਨਾਂ ਨੂੰ ਗੈਰਤ ਦੀਆਂ ਗੋਲੀਆਂ ਦੀ ਨਹੀਂ ਬਲਕਿ ਗੈਰਤ ਦੀ ਡ੍ਰਿਪ ਦੀ ਲੋੜ ਹੁੰਦੀ ਹੈ।
ਬਸ ਠੀਕ ਹੈ ਬਾਈ, ਲੋਕਾਂ ਨੇ ਤੇ ਸੜਕਾਂ ਵੀ ਨਹੀਂ ਛੱਡੀਆਂ, ਸੜਕਾਂ ਛੱਡੋ ਆਪਣੇ ਘਰ ਦੀਆਂ ਗਲੀਆਂ ਤੱਕ ਨਹੀਂ, ਗਲੀਆਂ ਦੇ ਵਿੱਚ ਖਲੋ ਖਲੋ ਕੇ ਚੁੰਮੀਆਂ ਦੇ, ਇਹੋ ਜਿਹੇ ਸਾਰੇ ਬਗੈਰਤ ਵੀ ਜਿਹੜੇ ਨੇ ਉਹ ਚੁੱਡਾਂ ਦੇ ਵਿੱਚ ਹੁੰਦੇ ਨੇ, ਬਾਕੀ ਇਹੋ ਜਿਹੇ ਜਿਸ ਟਾਈਮ ਫੜੀਂਦੇ ਜਨਾ ਹੋਏ ਹੋਏ ਉਸ ਟਾਈਮ ਇਹਨਾਂ ਦਾ ਜਿਹੜਾ ਠੋਕਾ ਲੱਗਦਾ ਹੈ। ਆਹਾ ਬਾਬਾ ਜੀ ਕਿਆ ਚਾਹ ਸੁਣਦੀ ਇਮਾਨਦਾਰ ਦੀ ਗੱਲ, ਮੈਂ ਕਹਿੰਦਾ ਜਿਸ ਟਾਈਮ ਕਿਸੇ ਆਸ਼ਕ ਤੇ ਮਸ਼ੂਕ ਦੀ ਖਬਰ ਮਿਲਦੀ ਹੈ ਉਹ ਤੇ ਕੰਮ ਪਾਉਂਦੇ ਫੜੇ ਗਏ, ਸਾਈਆਂ ਸਹੀ ਦੋਵਾਂ ਦੀ ਤੁਨੀ ਲਾਈ, ਬਾਬਾ ਜੀ ਫਿਰ ਇਮਾਨਦਾਰ ਦੀ ਗੱਲ, ਤੁਸੀਂ ਯਕੀਨ ਨਹੀਂ ਕਰਨਾ ਟੱਟਿਆਂ ਵਿੱਚ ਠੰਡ ਜੀ ਪੈ ਜਾਂਦੀ ਹੈ, ਤੇ ਉਹ ਜਾਂ ਚੁੱਡਾਂ ਦਾ ਇਲਾਜ ਇਹਨਾਂ ਦੇ ਨਾਲ ਇੰਜ ਹੀ ਹੋਣਾ ਚਾਹੀਦਾ ਜੀ। ਅੱਛਾ ਤੇ ਫਿਰ ਇਹਨਾਂ ਤੋਂ ਬਾਅਦ ਇੱਕ ਹੋਰ ਕੈਟਾਗਰੀ ਪਾਈ ਜਾਂਦੀ, ਇਸ ਕੈਟਾਗਰੀ ਦੀਆਂ ਬੱਚੀਆਂ ਤੋਂ ਮੈਂ ਪਰਸਨਲੀ ਖੁਦ ਵੀ ਜਾਣਦਾ, ਬਹੁਤ ਕੋਈ ਕਸਮ ਉੱਚੇ ਦਰਜੇ ਦੀਆਂ ਭੈਜਕ ਬੱਚੀਆਂ ਪਾਈਆਂ ਗਈਆਂ ਨੇ, ਛਾਇਆ ਜਿਹੜਾ ਵਾਇਰਸ ਹੈ ਨਾ ਇਹ ਵੀ ਆਪਣੇ ਮੁਲਕ ਵਿੱਚ ਬੜਾ ਖਿਲ ਰਿਹਾ, ਪਹਿਲਾਂ ਇੰਜ ਹੁੰਦਾ ਸੀ ਕਿ ਇੱਕ ਬੱਚੀ ਕਦੀ ਵੀ ਆਪਣੇ ਬੰਦੇ ਦੇ ਨੇੜੇ ਕਿਸੇ ਹੋਰ ਬੱਚੀ ਨੂੰ ਲੱਗਣ ਨਹੀਂ ਸੀ ਦਿੰਦੀ, ਪਰ ਅੱਜ ਕੱਲ੍ਹ ਭਾਈ ਸਾਹਿਬ ਉਲਟੀ ਗੇਮ ਖੁੱਲੀ, ਭੈਣ ਚੋਂ ਦੋ ਦੋ ਬੱਚੀਆਂ ਨੇ ਰਲ ਕੇ ਇੱਕੋ ਨੂੰ ਆਸ਼ਿਕ ਬਣਾਇਆ, ਭੈਣ ਚੋਂ ਦਗੜ ਦਲੀ ਮਾਂ ਦੀਆਂ ਬੱਚੀਆਂ, ਬੱਚੀਆਂ ਦੋ ਹੁੰਦੀਆਂ ਤੇ ਇੱਕੋ ਲੌਂਡੇ ਦੇ ਨਾਲ ਸੈੱਟ ਹੁੰਦੀ, ਆਪਣੇ ਲੌਂਡੇ ਸਾਹਿਬ ਵੀ ਭਾਈ ਉਹਦੇ ਨਾਲ ਵੀ ਗੱਲ ਕਰਦੇ ਨੇ ਤੇ ਉਹਦੇ ਨਾਲ ਵੀ ਗੱਲ ਕਰਦੇ, ਕੀ ਬਾਤ ਹੈ ਸਰ, ਤੇ ਬੱਚੀਆਂ ਦੀ ਵੀ ਭਾਈ ਬੌਂਡਿੰਗ ਬੜੀ ਕਮਾਲ ਹੁੰਦੀ, ਹਾਂ ਯਾਰ ਉਸਤਾਦ ਵੈਸੇ ਬੌਂਡ ਤੇ ਬਾਤ ਹੀ ਕਮਾਲ ਦੀ ਹੁੰਦੀ, ਲੋੜੂ ਇਨਸਾਨ ਮੈਂ ਬੌਂਡਿੰਗ ਕਿਹਾ ਬੌਂਡਿੰਗ ਬੌਂਡ ਨਹੀਂ, ਵੈਸੇ ਥੱਥੇ ਹੁੰਦੀ ਤੇ ਉਹ ਵੀ ਕਮਾਲ ਦੀ ਹੈ, ਉਹ ਸਾਲੀਆਂ ਆਪਣੇ ਆਸ਼ਿਕ ਦੇ ਨਾਲ ਤੇ ਗੱਲ ਕਰਦੀਆਂ ਪਰ ਉਹਦੇ ਨਾਲ ਨਾਲ ਇਹਨਾਂ ਚੁੱਡਾਂ ਦਾ ਆਪਸ ਦੇ ਵਿੱਚ ਵੀ ਰਾਤ, ਫਿਰ ਉਤੋਂ ਇਹਨਾਂ ਦੇ ਸੁਨਹਿਰੇ ਖਾਬ ਚੈੱਕ ਕਰੋ ਕਿ ਅਸੀਂ ਤਿੰਨੇ ਬਹੁਤ ਖੁਸ਼ ਰਹੋ, ਤੁਹਾਡੀ ਵੀ ਮਾਰਿਆ ਭੈਣ ਨੂੰ ਛੱਡਵਾ ਰੇੜਾ, ਸਾਲੀਓ ਤੁਸੀਂ ਇੱਥੇ ਵੱਖਰੀ ਕਾਰਾਗਰੀ ਖੋਲ ਕੇ ਬੈਠੀ ਹੋ, ਭੈਣ ਪਿੱਟਿਓ ਚਾਰ ਸ਼ਾਦੀਆਂ ਲਾਓ ਨੇ, ਚਾਰ ਮਸ਼ੂਕਾਂ ਬਣਾਣੀਆਂ ਲਾਓ ਨੇ, ਇਸ ਬਗੈਰਤੀ ਦੇ ਵਿੱਚ ਮੈਂ ਮੁੰਡਿਆਂ ਨੂੰ ਘੱਟ ਬਗੈਰਤ ਗਿਣਾਂਗਾ, ਕਿਉਂਕਿ ਚੋਖੀਆਂ ਬਗੈਰਤ ਕੁੜੀਆਂ, ਜਦੋਂ ਸਾਲੀਓ ਤੁਹਾਨੂੰ ਪਤਾ ਲੱਗ ਗਿਆ ਕਿ ਇੱਕ ਲੋਂਡਾ ਉਹਦੇ ਨਾਲ ਦੋ ਬੱਚੀਆਂ, ਫਿਰ ਤੁਹਾਡਾ ਹੱਕ ਬਣਦਾ ਕਿ ਤੁਸੀਂ ਦੋਵੇਂ ਉਹਨੂੰ ਛੱਡੋ, ਉਸ ਖੋਤੀ ਦੇ ਬੱਚੇ ਨੂੰ ਸਿੰਗਲ, ਲੇਕਿਨ ਭਾਈ ਸਾਹਿਬ ਇਹਨਾਂ ਬੱਚੀਆਂ ਦੇ ਅੰਦਰ ਤੇ ਕੀੜਾ ਹੋ, ਇਹਨਾਂ ਦੋਵਾਂ ਦੇ ਰਲ ਕੇ ਉਸ ਲੋਂਡੇ ਦੇ ਆਲ ਤੇ ਦੰਦੀਆਂ ਵਟਣੀਆਂ, ਸਾਲੀਆਂ ਕਰਦੀਆਂ ਇੰਜ ਨੇ ਜਿਵੇਂ ਦੁਨੀਆ ਤੋਂ ਮੁੰਡੇ ਬੈਂਡ ਤੇ ਇਹਨਾਂ ਸਾਰਿਆਂ ਦਾ ਵਿਆਹ ਕਿਸੇ ਹੋਰਾਂ ਦੇ ਨਾਲ, ਤੇ ਭਾਈ ਸਾਹਿਬ ਇਹੋ ਜਿਹੀਆਂ ਬੱਚੀਆਂ ਦੇ ਕੋਲੋਂ ਫਿਲਮਾਂ ਸੁਣ ਲਓ, ਓਏ ਹੋਏ ਐਸੀ ਕੋਈ ਟੌਪ ਲੈਵਲ ਦੀ ਫਿਲਮ ਸੁਣਾਓ, ਭੈਣ ਚੋਂ ਬੁਰਛੇ ਪਾੜ ਕੇ ਰੱਖ, ਮੈਂ ਕਹਿੰਦਾ ਕਿ ਸਾਡੇ ਵਰਗਾ ਸ਼ਰੀਫ ਬੱਚਾ ਉਹਦੀ ਫਿਲਮ ਸੁਣ ਕੇ ਕਹੇਗਾ, ਇਹ ਤੇ ਭੈਣ ਪਿੱਟੀ ਦੁਖੀ ਬੜੀ, ਇਹਦੀ ਤੇ ਜ਼ਿੰਦਗੀ ਦੇ ਵਿੱਚ ਗਮ ਹੀ ਬੜੀ, ਇਹ ਨਹੀਂ ਪਤਾ ਕਿ ਇਹ ਸਾਲੀ ਪੂਰੀ ਝੋਟ, ਇਹ ਜਿਹੜੇ ਲੋਂਡੇ ਨੇ ਵੀ ਗੁਰੇਜ਼ ਕਰੋ ਇਹੋ ਜੀ ਬੱਚੋ ਦੀ ਨਾਲ, ਤੇ ਅੱਧੀ ਤੇ ਦੀ ਬੱਚੀਆਂ ਨਾਲ ਸੈੱਟ ਕਰੋ ਯਕੋ, ਇੱਕ ਅੱਧੀ ਦੀ ਉੱਤੇ ਹੀ ਗੁਜ਼ਾਰਾ ਕਰੋ, ਮਸਾਂ ਤੁਹਾਡੇ ਕੋਲ ਇੱਕ ਚੱਲ, ਕਿਉਂਕਿ ਦੂਜੀ ਚਲਾਣ ਵਾਲਾ ਸਮਾਨ ਜਿਹੜਾ ਤੁਸੀਂ ਨਾਲ ਹੀ ਚਰੋੜ ਛੱਡੋ, ਬੜੇ ਕੁੱਤੇ ਹੋ ਤੋ, ਤੇ ਬਾਅਦ ਆਜੋ ਬਗੈਰ ਤੋਂ ਸ਼ਰਮ ਕਰੋ, ਇਸ ਤੋਂ ਬਾਅਦ ਆ ਜਿਹੜਾ ਪਿੱਛੇ ਕਰਕੇ ਆਪਣੇ ਮੁਲਕ ਦੇ ਵਿੱਚ ਇੱਕ ਵਾਇਰਸ ਨਹੀਂ ਸੀ ਚੱਲ, ਜਿਹੜਾ ਟੱਕ ਟੱਕ ਗੇਮ ਵਾਲਾ, ਮੇਰਾ ਮਤਲਬ ਕਿ ਟੱਕ ਟੱਕ ਵਾਲਾ, ਉਹਦਾ ਭਾਈ ਸਾਹਿਬ ਅਸਰ ਚੈੱਕ ਕਰੋ।